मेयर की चोण होती है चंडीगढ़ में, उसमें तो बीजेपी के पक्ष में वोट डालते हैं। क्या वो ऑपरेशन लोटस था? फिर राष्ट्रपति की इलेक्शन में बिना किसी कंडीशन से वोट डालते हैं बीजेपी को, वो ऑपरेशन लोटस था। आप जैसे कहते हैं, जहाँ मेरा नंद कोश वहाँ गदी मरी का नहीं दोष है। जो आप जो मर्जी करी जान, मतलब जो कहते हैं छाजदा बोले छानी की बोले, जिन्होंने बीजेपी के ना रल के राज भागन आए हो, वो मतलब ये गल कह भी जिमें बठिंडा सीट जीती वो भी सबू पता किमें जीती है, तो जड़िया सीटा हारियाँ मतलब वो सीटा का थोनू भी पता भी पार्टी टोटल पहली बार होया भी पार्टी की टोटल पार्टी की जमानत जब्त होगी। पिछले कुछ समय में शिवनी अकाली दल में काफी बवाल हो रहा है, लेकिन पिछले 24 घंटे में ये बवाल बिल्कुल चरम पर है। हमारे साथ बात करने के लिए इस वक्त हैं प्रोफेसर प्रेम सिंह चंदूमाजरा, सीधा उन्हीं से बात करते हैं। सर, ये बवाल आखिरकार क्यों उठा? क्योंकि पहले तो ऐसा लग रहा था कि पार्टी सही चल रही है। पार्टी का रिजल्ट जैसे ही आया, इलेक्शन का रिजल्ट, अब ऐसा लग रहा है कि काफी स्वर हैं वो सुखबीर बादल के खिलाफ उठने लगे। देखो गल ये आ कि जिवें तुसीं कहा भी ठीक चल रहा सी, पर जदों रिजल्ट आए ना भी लोगों की जिहड़ी वर्डिक्ट आई आ वो मतलब बड़ी चिंता वाली गल सी, क्योंकि एक बारी नहीं दो बारी तीन बारी चार बारी पांच बारी जदों लोग बार बार फतवा देन ते उदों कुदरती तौर ते फिर चिंता भी वधदी आ, फिकर वधदा ते सोचना बनता डंगाई नाल कि ये हालात पार्टी दे अरसे फरसे क्यों हो रहे ने, ਕਿਹੜੀਆਂ ਕਮੀਆਂ ਨੇ, ਕਿਹੜੀਆਂ ਖਾਮੀਆਂ ਨੇ, ਉਹ ਕਿਵੇਂ ਦੂਰ ਹੋਣ, ਮੁੜ ਕੇ ਫਰਸ਼ ਤੋਂ ਅਰਸ਼ 'ਤੇ ਲੈ ਕੇ ਜਾਈਏ ਪਾਰਟੀ ਨੂੰ, ਇਹ ਸਿਰ ਦੇ ਲੋਕਾਂ ਦੀ ਇੱਕ ਚਿੰਤਾ। ਸੋ ਜਿਹੜੇ ਪਾਰਟੀ ਨੂੰ ਪਿਆਰ ਕਰਦੇ ਨੇ, ਜਿਹੜੇ ਪਾਰਟੀ ਨੂੰ ਚੰਗਾ ਸਮਝਣਾ ਮਜ਼ਬੂਤ ਕਰਨਾ ਚਾਹੁੰਦੇ ਨੇ। ਸੋ ਮੈਨੂੰ ਬੜੀ ਹੈਰਾਨੀ ਵਾਲੀ ਗੱਲ ਆ ਕਿ ਸਾਡੇ ਵਰਗੇ ਲੋਕ ਜਿਹੜੇ ਇਮਾਨਦਾਰੀ ਨਾਲ ਸਿਰਦ ਹੋ ਕੇ ਪਾਰਟੀ ਨੂੰ ਬਚਾਉਣ ਲਈ ਸੋਚ ਰਹੇ ਨੇ, ਉਹਨਾਂ ਨੂੰ ਬੀਜੇਪੀ ਦੇ ਏਜੰਟ ਕਹਿਣਾ, ਕਾਂਗਰਸ ਦੇ ਏਜੰਟ ਕਹਿਣਾ, ਇਹਦਾ ਮਤਲਬ ਇਹ ਪਾਰਟੀ ਕਮਜ਼ੋਰ ਕਰਨਾ ਚਾਹੁੰਦੇ ਨੇ, ਜਿਹੜੇ ਗੱਲਾਂ ਕਹਿੰਦੇ ਨੇ ਪਾਰਟੀ ਨੂੰ ਤੇ ਖਤਮ ਇਹ ਕਿਆ ਕਰਨਾ ਚਾਹੁੰਦੇ ਲੀਡਰਸ਼ਿਪ ਕ੍ਰਾਈਸਿਸ ਹੈ, ਪਾਰਟੀ ਕਿ ਨੂੰ ਖਤਮ ਲੀਡਰਸ਼ਿਪ ਕਰਨਾ ਫੇਲਿਅਰ ਹੈ? ਤਕੜਾ ਕਰਨਾ ਕੋਈ ਪਾਰਟੀ ਦੀ ਵਿਰੋਧੀ ਗੱਲ ਆ? ਇਹ ਲੀਡਰਸ਼ਿਪ ਕ੍ਰਾਈਸਿਸ ਦੀ ਗੱਲ ਨਹੀਂ, ਇਹ ਲੋਕਾਂ ਦੀ ਜਿਹੜੀ ਭਾਵਨਾ ਬਣੀ ਹੁੰਦੀ ਆ, ਲੋਕਾਂ ਲਈ ਇੱਕ ਮਹਿਸੂਸ ਕਰਦੇ ਨੇ ਲੋਕ, ਉਹ ਜੇ ਲੀਡਰਸ਼ਿਪ ਉਹਦੀ ਕਦਰ ਨਾ ਕਰੇ, ਉਹਦਾ ਧਿਆਨ ਨਾ ਰੱਖੇ, ਤਾਂ ਕੁਦਰਤੀ ਤੌਰ ਤੇ ਫਿਰ ਨੁਕਸਾਨ ਹੁੰਦਾ। ਸਾਡਾ ਜਿਹੜਾ ਨੁਕਸਾਨ ਹੋਇਆ ਇਸੇ ਕਰਕੇ ਹੋਇਆ ਨਾ, ਵੀ ਵਾਰ ਵਾਰ ਨੀਚੇ ਜਾਣਾ, ਮਤਲਬ ਇਹੀ ਕਾਰਨ ਬਣਿਆ ਵੀ ਅਸੀਂ ਲੋਕਾਂ ਦੀ ਭਾਵਨਾ ਦਾ ਧਿਆਨ ਨਹੀਂ ਕੀਤਾ। ਸੋ ਅੱਜ ਵੀ ਜਿਹੜਾ ਸਾਡਾ ਕਹਿਣਾ ਇਹੀ ਸੀ ਕਿ ਲੋਕਾਂ ਦੀ ਭਾਵਨਾ ਦਾ ਧਿਆਨ ਕਰਨ ਦੀ ਲੋੜ ਆ, ਔਰ ਮੈਂ ਸਮਝਦਾ ਤੇ ਕਿ ਯੇ ਜੋ ਨੁਕਸਾਨ ਹੈ ਅਕਾਲੀ ਦਲ ਕਾ, ਯੇ ਬੀਜੇਪੀ ਕੇ ਸਾਥ ਛੋੜਨੇ ਸੇ ਹੈ ਯਾ ਸਾਥ ਪਕੜਨੇ ਕੇ ਲਿਏ? ਨਹੀਂ, ਇਹਦੇ 'ਚ ਬੀਜੇਪੀ ਦਾ ਸਾਥ ਜੋੜਨਾ ਜਾਂ ਛੋੜਨਾ ਨਹੀਂ ਹੈ ਸਵਾਲ। ਸਵਾਲ ਤਾਂ ਇਸ ਗੱਲ ਦਾ ਸੀ ਕਿ ਪਾਰਟੀ ਸਥਿਤੀ ਇਹ ਕਿਉਂ ਬਣੀ, ਔਰ ਇਹਨੂੰ ਕਿਵੇਂ ਮੁੜ ਕੇ ਅਸੀਂ ਦੁਬਾਰਾ ਪਾਰਟੀ ਨੂੰ ਬੁਲੰਦੀਆਂ ਪਰ ਲੈ ਕੇ ਜਾਈਏ। ਸਵਾਲ ਤਾਂ ਇੰਨਾ ਹੀ ਆ, ਸੁਖਬੀਰ ਬਾਦਲ ਸੇ ਨਾ ਹੋ ਪਾਏਗਾ ਆਪਕੋ ਲਗਾ? ਜੇ ਹੋ ਪਾਉਂਦਾ ਫਿਰ ਇਹ ਹਾਲਾਤ ਕਿਉਂ ਹੁੰਦੇ? ਸਮੱਸਿਆ ਤਾਂ ਇਹੀ ਆ, ਤੇ ਇਹ ਫਿਕਰ ਮਤਲਬ ਪਹਿਲੀ ਗੱਲ ਤਾਂ ਵੀ ਪਾਰਟੀ ਪ੍ਰਧਾਨ ਨੂੰ ਪਾਰਟੀ ਨੂੰ ਜੋੜਨ ਵੱਲ ਯਤਨ ਕਰਨਾ ਚਾਹੀਦਾ, ਨਾ ਕਿ ਪਾਰਟੀ ਨੂੰ ਤੋੜਨ ਵੱਲ। ਪਾਰਟੀ ਪ੍ਰਧਾਨ ਹੀ ਜੇ ਇੱਕ ਧੜੇ ਦੀ ਮੀਟਿੰਗ ਲੱਗ ਜਾਣਗੇ ਕਰਨ, ਜੇ ਇੱਕ ਗਰੁੱਪ ਦੀ ਮੀਟਿੰਗ ਲੱਗ ਜਾਣਗੇ ਕਰਨ, ਤਾਂ ਕੁਦਰਤੀ ਤੌਰ ਤੇ ਫਿਰ ਖੰਡਾ ਪੈਦਾ ਹੁੰਦਾ। ਜਿਹੜੇ ਕੁਝ ਗੈਰ ਆਪ ਅਕਾਲੀ ਲੋਗੋਂ ਕੋ ਲੋਕ ਕਿਆ ਪਾਰਟੀ ਮੇਂ ਬੁਲਾਇਆ ਨਹੀਂ ਗਿਆ ਜਿਹੜੇ ਆਪਕੋ? ਜਿਹੜੇ ਜਿਹੜੇ ਜੇ ਬੁਲਾਇਆ ਗਿਆ ਹੁੰਦਾ ਫਿਰ ਤਾਂ ਅਸੀਂ ਜ਼ਰੂਰ ਜਾਂਦੇ, ਜਦੋਂ ਬੁਲਾਇਆ ਅਸੀਂ ਜਾ ਕੇ ਰਹੇ, ਆਪਣੀ ਦਿੰਦੇ ਰਹੇ, ਸੁਹਿਰਦ ਹੋ ਕੇ ਦਿੰਦੇ ਰਹੇ ਆ, ਪਾਰਟੀ ਨੂੰ ਬਚਾਉਣ ਦੀਆਂ ਆਪਣੀਆਂ ਰਾਵਾਂ ਦਿੰਦੇ, ਰਾਏ ਠੀਕ ਹੋਵੇ ਗਲਤ ਹੋਵੇ ਮੰਨਣਾ ਜਾਂ ਨਾ ਮੰਨਣਾ ਅਲੱਗ ਗੱਲ, ਆਪਣੀ ਰਾਏ ਦੇਣਾ ਸਾਡਾ ਹੱਕ ਆ। ਸੋ ਇਸ ਕਰਕੇ ਇਹੀ ਤਾਂ ਚਿੰਤਾ ਵੀ ਇੱਕ ਧੜੇ ਦੀ ਇੱਕ ਗਰੁੱਪ ਦੀ ਮੀਟਿੰਗ ਜੇ ਪਾਰਟੀ ਪ੍ਰਧਾਨ ਹੀ ਕਰਨ ਲੱਗ ਜਾਣਗੇ
ਤੇ ਕੁਦਰਤੀ ਤੌਰ ਤੇ ਖੰਡਾ ਪੈਦਾ ਹੋ ਜਾਂਦਾ। ਪਾਰਟੀ ਪ੍ਰਧਾਨ ਨੂੰ ਤਾਂ ਪਾਰਟੀ ਜੋੜਨ ਵੱਲ ਵਧਣਾ ਚਾਹੀਦਾ, ਪਾਰਟੀ ਤੋੜਨ ਵੱਲ ਨਹੀਂ ਵਧਣਾ ਚਾਹੀਦਾ। ਹੈਰਾਨੀ ਇਸ ਗੱਲ ਦੀ, ਪਾਰਟੀ ਕਿਆ ਟੁੱਟ ਰਹੀ ਹੈ, ਵਰਟੀਕਲ ਸਪਲਿਟ, ਹੈਰਾਨੀ ਇਸ ਗੱਲ ਦੀ ਆ ਵੀ ਜਿਹੜੇ ਗੈਰ ਅਕਾਲੀ ਲੋਕ ਨੇ, ਗੈਰ ਅਕਾਲੀ ਸਲਾਹਕਾਰ ਨੇ, ਜਿਨ੍ਹਾਂ ਨੇ ਕਿਤੇ 5 ਮਿੰਟ ਵੀ ਕਿਤੇ ਪਾਰਟੀ ਲਈ, ਪਾਰਟੀ ਦੇ ਹੱਕਾਂ ਲਈ, ਲੋਕਾਂ ਦੇ ਹੱਕਾਂ ਲਈ ਸੰਘਰਸ਼ ਨਹੀਂ ਕੀਤਾ, ਉਹ ਉਹਨਾਂ ਪਰਿਵਾਰਾਂ 'ਤੇ ਉਂਗਲ ਉਠਾਉਣ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਿਰਾਸਤ ਬਣਾਈ ਆ। ਸ਼੍ਰੋਮਣੀ ਅਕਾਲੀ ਦਲ ਲਈ ਜਿਹੜੇ ਪਰਿਵਾਰਾਂ ਨੇ ਬੜੇ ਵੱਡੇ ਮੁਸੀਬਤਾਂ ਝੱਖੜ ਝੁੱਲੇ ਨੇ, ਉਹਨਾਂ ਲੋਕਾਂ 'ਤੇ ਉਂਗਲ ਉਠਾਉਣ। ਹੁਣ ਜਿਹੜੇ ਲੋਕਾਂ ਨੇ ਜਲੰਧਰ ਮੀਟਿੰਗ ਕੀਤੀ, ਉਹਨਾਂ ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਦਾ ਪਰਿਵਾਰ, ਜਹੇਦਾਰ ਮੋਹਨ ਸਿੰਘ ਤੁੜ ਜੀ ਦਾ ਪਰਿਵਾਰ, ਜਹੇਦਾਰ ਜਗਦੇਵ ਸਿੰਘ ਤਲਵੰਡੀ ਜੀ ਦਾ ਪਰਿਵਾਰ, ਔਰ ਸੁਰਜੀਤ ਸਿੰਘ ਬਰਨਾਲਾ ਜੀ ਦਾ ਪਰਿਵਾਰ, ਜਹੇਦਾਰ ਗੁਰਚਰਨ ਸਿੰਘ ਟੌੜਾ ਜੀ ਦਾ ਪਰਿਵਾਰ, ਮਤਲਬ ਢੀਂਡਸਾ ਸਾਹਿਬ ਦਾ ਪਰਿਵਾਰ, ਬਡਾਲਾ ਸਾਹਿਬ ਦਾ ਪਰਿਵਾਰ, ਗੁਲਸ਼ਨ ਜੀ ਦਾ ਪਰਿਵਾਰ, ਮਤਲਬ ਜਿਨ੍ਹਾਂ ਨੇ ਅਗਲੀ ਕਤਾਰ ਵਿੱਚ ਹੋ ਕੇ ਅੱਜ ਦੇ ਹਾਲਾਤਾਂ ਤੱਕ ਲਿਆਉਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਦੇਸ਼ ਅਤੇ ਸੂਬੇ ਵਿੱਚ ਰਾਜ ਕਰਨ ਜੋਗਰਾ ਬਣਾਇਆ ਸੀ, ਉਹਨਾਂ ਲੋਕਾਂ ਦੇ ਪਰਿਵਾਰਾਂ ਅਤੇ ਲੀਡਰਾਂ ਦੇ, ਉਹਨਾਂ ਲੀਡਰਾਂ ਦੇ ਪਰਿਵਾਰਾਂ 'ਤੇ ਉਂਗਲ ਉਠਾਉਣਾ ਮਤਲਬ ਸ਼ੋਭਾ ਨਹੀਂ ਸੀ ਦਿੰਦਾ, ਔਰ ਉਹਨਾਂ ਨੂੰ ਬੀਜੇਪੀ ਦੇ, ਕਾਂਗਰਸ ਦੇ ਏਜੰਟ ਤੱਕ ਕਹਿਣਾ ਸ਼ੋਭਾ ਨਹੀਂ ਸੀ ਦਿੰਦਾ। ਹਾਂ, ਪੁੱਛਣ ਲੱਗੇ ਥੇ ਕਿ ਆਪਰੇਸ਼ਨ ਲੋਟਸ ਕੀ ਬਾਤ ਆ ਰਹੀ ਹੈ, ਇਹ ਬੋਲਾ ਜਾ ਰਹਾ ਹੈ ਕਿ ਜੈਸੇ ਮਹਾਰਾਸ਼ਟਰ ਮੇਂ ਹੁਆ ਐਨਸੀਪੀ ਕੇ ਸਾਥ ਹੁਆ, ਉਸਮੇਂ ਫੂਟ ਲਾਨੀ ਕੀ ਕੋਸ਼ਿਸ਼ ਹੋ ਰਹੀ ਹੈ। ਇਹ ਆਪਰੇਸ਼ਨ ਲੋਟਸ ਹੈ ਵੀ ਜਬ ਆਪ ਵੋ ਮੇਅਰ ਕੀ ਚੋਣ ਹੋਤੀ ਹੈ ਚੰਡੀਗੜ੍ਹ ਮੇਂ, ਉਸਮੇਂ ਤੋ ਬੀਜੇਪੀ ਕੇ ਪਕਸ਼ ਮੇਂ ਵੋਟ ਡਾਲਤੇ ਹੈ, ਕਿਆ ਵੋ ਆਪਰੇਸ਼ਨ ਲੋਟਸ ਥਾ? ਫਿਰ ਰਾਸ਼ਟਰਪਤੀ ਕੀ ਇਲੈਕਸ਼ਨ ਮੇਂ ਬਿਨਾ ਕਿਸੇ ਕੰਡੀਸ਼ਨ ਸੇ ਵੋਟ ਡਾਲਤੇ ਹੈ ਬੀਜੇਪੀ ਕੋ, ਆਪਰੇਸ਼ਨ ਲੋਟਸ ਥਾ? ਆਪ ਜੈਸੇ ਕਹਤੇ ਹੈ ਜਹਾਂ ਮੇਰਾ ਆਨੰਦ ਕੋਸ਼ ਵਹਾਂ ਗਦੀ ਮਰੀਗਾ ਨਹੀਂ ਦੋਸ਼, ਹੈ ਜੋ ਆਪ ਜੋ ਮਰਜ਼ੀ ਕਰੀ ਜਾਣ। ਦੂਜਾ ਜੇ ਪਾਰਟੀ ਨੂੰ ਬਚਾਉਣਾ, ਮਤਲਬ ਜਿਹੜੀ ਜਲੰਧਰ ਦੇ ਵਿੱਚ ਮੀਟਿੰਗ ਹੋਈ ਉਹ ਇਹੀ ਹੋਈ ਨਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਕੋਈ ਯਤਨ ਕੀਤੇ ਜਾਣ, ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਕੇ ਫਰਸ਼ ਤੋਂ ਵਰਸ ਤੇ ਲਿਜਾਣ ਦੇ ਯਤਨ ਕੀਤੇ ਜਾਣ। ਇਹਦੇ 'ਚ ਕੀ ਮਾੜਾ ਗੱਲ ਆ? ਇਹਦਾ ਮਤਲਬ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ, ਇਹਦਾ ਮਤਲਬ ਪਾਰਟੀ ਨੂੰ ਮਤਲਬ ਹੇਠਾਂ ਤੱਕ ਇਹ ਹੋਰ ਲਿਜਾਣਾ ਚਾਹੁੰਦੇ ਨੇ, ਫਰਸ਼ 'ਤੇ ਤਾਂ ਆ ਗਈ ਹੁਣ ਹੇਠਾਂ ਧਰ ਡੰਘਾਈ ਵੀ ਚਲੇ ਜਾਣਾ ਚਾਹੁੰਦੇ ਨੇ। ਸੋ ਮੇਰਾ ਮਤਲਬ ਇਹ ਵੀ ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਆ ਵੀ ਕੋਈ ਚੰਗੀ ਰਾਏ ਦਿੰਦਾ, ਜੇ ਸਿਹਰਦ ਰਾਏ ਦਿੰਦਾ ਉਹਨੂੰ ਤੁਸੀਂ ਕਹੋ ਵੀ ਇਹ ਬੀਜੇਪੀ ਦਾ ਏਜੰਟ ਆ ਜਾਂ ਕਾਂਗਰਸ ਦਾ ਏਜੰਟ ਆ। ਮਤਲਬ ਜਿਵੇਂ ਕਹਿੰਦੇ ਛੱਜ ਤਾਂ ਬੋਲੇ ਛਾਣ ਨਹੀਂ ਕਿ ਬੋਲੇ, ਜਿਨ੍ਹਾਂ ਨੇ ਬੀਜੇਪੀ ਦੇ ਨਾਲ ਰਲ ਕੇ ਰਾਜ ਭਾਗ ਹੰਢਾਏ ਹੋਣ, ਉਹ ਮਤਲਬ ਇਹ ਗੱਲਾਂ ਕਹਿਣ। ਮੂਲ ਕਾਰਨ ਕਿਆ ਹੈ ਅਕਾਲੀ ਦਲ ਦਾ ਇਤਨਾ ਡਾਊਨਫਾਲ ਹੋਣੇ? ਦੇਖੋ ਇਹੀ ਤਾਂ ਹੱਲ, ਇਹੀ ਤਾਂ ਗੱਲਾਂ ਲੱਭਣੀਆਂ ਨੇ, ਇਹੀ ਤਾਂ ਅਸੀਂ ਲੋਕ ਮਹਿਸੂਸ ਕਰ ਰਹੇ ਨੇ ਕਿ ਪਾਰਟੀ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਅਸੂਲਾਂ 'ਤੇ ਪਿੱਛੇ ਹਟੀ ਆ। ਪਿਛਲੇ ਸਮੇਂ ਵਿੱਚ ਜਿਹੜੀਆਂ ਖਾਮੀਆਂ ਰਹੀਆਂ, ਕਮੀਆਂ ਰਹੀਆਂ, ਗਲਤੀਆਂ ਰਹੀਆਂ, ਉਹਨਾਂ ਤੋਂ ਮਤਲਬ ਉਹਨਾਂ ਤੋਂ ਸਬਕ ਸਿੱਖ ਕੇ ਅੱਗੇ ਨੂੰ ਮਤਲਬ ਉਹ ਗਲਤੀਆਂ ਨਾ ਦੁਹਰਾਈਆਂ ਜਾਣ, ਉਹਦਾ ਨਿਰਣਾ। ਪਾਰਟੀ ਕੋ ਕੌਣ ਲੀਡ ਕਰੇਗਾ? ਅਭੀ ਤੱਕ ਤਾਂ ਐਸਾ ਲੱਗ ਰੱਖਦਾ ਬਾਦਲ ਪਰਿਵਾਰ ਹੀ ਲੀਡ ਕਰ ਰਿਹਾ ਹੈ। ਇਹੀ ਤਾਂ ਗੱਲ ਆ ਨਾ ਜੀ, ਇਹ ਤਾਂ ਅਬ ਕੌਣ ਲੀਡ ਕਰ ਸਕਦਾ? ਦੇਖੋ ਅਸੀਂ ਇਹੀ ਫੈਸਲਾ ਕੀਤਾ ਵੀ ਕੋਈ ਬੰਦਾ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਸੋਚ ਹੈ, ਇੱਕ ਵਿਚਾਰਧਾਰਾ, ਇਹ ਧਰਮ ਅਤੇ ਰਾਜਨੀਤੀ ਦਾ ਸੁਮੇਲ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ, ਅਤੇ ਸ਼੍ਰੋਮਣੀ ਅਕਾਲੀ ਦਲ ਉਸ ਸੋਚ ਨੂੰ ਲੈ ਕੇ ਕਿਵੇਂ ਸਫਲ ਹੋ ਸਕਦਾ, ਉਹਦੇ ਲਈ ਕੌਣ ਅਗਵਾਈ ਕਰ ਸਕਦਾ, ਉਹਦੀ ਅਸੀਂ ਤਲਾਸ਼ ਕਰ ਰਹੇ। ਕਿਸੇ ਧਾਰਮਿਕ ਵਿਅਕਤੀ ਦੀ, ਕਿਸੇ ਪੋਲੀਟੀਕਲ ਬੰਦੇ ਦੀ, ਜਿਹੜਾ ਦੋਨਾਂ ਗੱਲਾਂ ਨੂੰ ਮਤਲਬ ਪ੍ਰੈਜੈਂਟ ਕਰ ਸਕੇ, ਉਸ ਤਰ੍ਹਾਂ ਦੀ ਕੋਈ ਅਗਵਾਈ। ਅੱਜ ਬਾਤ ਇਹ ਹੈ ਕਿ ਇੱਕ ਮਿਆਨ ਮੇਂ ਦੋ ਤਲਵਾਰੇ ਨਹੀਂ ਰਹਿ ਸਕਤੀ ਹੈ, ਤੋ ਇੱਕ ਧੜਾ ਹੈ ਆਪਕਾ, ਇੱਕ ਧੜਾ ਹੈ ਉਨਕਾ, ਤੋ ਕੌਣ ਕੌਣ ਪ੍ਰਵੇਲ ਕੌਣ ਕਰੇਗਾ? ਨਹੀਂ ਧੜੇ ਤਾਂ ਦੇਖੋ ਅਸੀਂ ਨਹੀਂ ਸਮਝਦੇ ਕੋਈ ਧੜੇ ਹੈ ਜਾਂ ਧੜੇ ਹੋਣੇ ਚਾਹੀਦੇ ਆ,
ਸ਼੍ਰੋਮਣੀ ਅਕਾਲੀ ਦਲ ਇੱਕੇ ਧੜਾ, ਸ਼੍ਰੋਮਣੀ ਅਕਾਲੀ ਦਲ ਇੱਕ ਵਿਚਾਰਧਾਰਾ, ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ ਨੇ। ਜਿਹੜੇ ਲੋਕ ਉਸ ਸਿਧਾਂਤ ਤੇ ਪਹਿਰਾ ਦੇਣਗੇ ਉਹ ਕੁਦਰਤੀ ਤੌਰ ਤੇ ਇੱਕ ਪਾਰਟੀ ਦੇ ਤੌਰ ਤੇ ਚੱਲਣਗੇ। ਜਿਹੜਾ ਬੰਦਾ ਉਸ ਸਿਧਾਂਤ ਤੇ ਪਹਿਰਾ ਐਸਾ ਲੱਗ ਰਿਹਾ ਹੈ ਕਿ ਜਾਂ ਤਾਂ ਉਹ ਰਹੇਂਗੇ ਜਾਂ ਆਪ ਰਹੇਂਗੇ, ਤਾਂ ਕੌਣ ਰਹੇਗਾ? ਕਿਆ ਆਪ ਲੋਕ ਨਿਕਲ ਕੇ ਆਪਣੀ ਪਾਰਟੀ ਬਣਾਉਣ ਦਾ ਸੋਚ ਰਹੇ ਹੈ, ਜਾਂ ਆਪ ਸੋਚ ਰਹੇ ਕਿ ਉਨ੍ਹਾਂ ਨੂੰ ਹਟਾਏਂਗੇ? ਕਿਆ ਮੀਨਸ? ਕਿਆ ਪਾਰਟੀ ਕਿਸੇ ਦੀ ਜਾਇਦਾਦ ਨਹੀਂ ਹੁੰਦੀ। ਪਾਰਟੀ ਇੱਕ ਮਤਲਬ ਲੋਕਾਂ ਦੀ, ਉਹਨਾਂ ਲੋਕਾਂ ਦੀ ਹੁੰਦੀ ਹੈ ਜਿਹੜੇ ਉਹ ਵਿਚਾਰ ਨਾਲ ਜੁੜੇ ਹੁੰਦੇ ਨੇ। ਸੋ ਸਾਡੀ ਕੋਸ਼ਿਸ਼ ਹੋਏਗੀ ਵੀ ਸਾਰੇ ਅਕਾਲੀ ਦਲ ਦੀ ਸੋਚ ਵਿਚਾਰ ਧਾਰਾ ਦੇ ਨਾਲ ਜੁੜਨ, ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਜੁੜਨਗੇ ਉਹ ਸ਼੍ਰੋਮਣੀ ਅਕਾਲੀ ਦਲ ਨਾਲ। ਉਹ ਤਾਂ ਬੋਲ ਰਹੇ, ਉਹ ਤਾਂ ਕੁਝ ਜੀਤ ਕੇ ਵੀ ਆਏ ਹਨ, ਉਨ੍ਹਾਂ ਕੇ ਪਾਸ ਤਾਂ ਬਠਿੰਡਾ ਸੀਟ ਵੀ ਹੈ, ਆਪ ਲੋਕਾਂ ਕੇ ਪਾਸ ਕਿਆ ਆਇਆ? ਦੇਖੋ ਗੱਲ ਇਹ ਆ ਵੀ ਜਿਵੇਂ ਬਠਿੰਡਾ ਸੀਟ ਜਿੱਤੀ ਉਹ ਵੀ ਸਭ ਨੂੰ ਪਤਾ ਕਿਵੇਂ ਜਿੱਤੀ ਆ, ਤੇ ਜਿਹੜੀਆਂ ਸੀਟਾਂ ਹਾਰੀਆਂ ਮਤਲਬ ਉਹ ਸੀਟਾਂ ਦਾ ਤੁਹਾਨੂੰ ਵੀ ਪਤਾ ਵੀ ਪਾਰਟੀ ਟੋਟਲ ਪਹਿਲੀ ਵਾਰ ਹੋਇਆ ਵੀ ਪਾਰਟੀ ਦੀ ਟੋਟਲ ਪਾਰਟੀ ਦੀ ਜਵੰਤ ਜ਼ਬਤ ਹੋ ਗਈ। ਸੋ ਇਸ ਕਰਕੇ ਇਹੀ ਤਾਂ ਸੋਚਣ ਵਾਲੀ ਗੱਲ ਆ, ਇਹੀ ਤਾਂ ਵਿਚਾਰਨ ਵਾਲੀ ਗੱਲ ਆ ਜਿਹੜੀ ਅਸੀਂ ਵਿਚਾਰ ਰਹੇ ਹਾਂ। ਅਬ ਇਹ ਜੋ ਆਪਕਾ ਅਲਗ ਸੇ ਜੋ ਪੂਰਾ ਤਬਕਾ ਹੈ, ਇਹ ਅਬ ਕਿਆ ਕਿਆ ਪਲਾਨ ਹੈ ਆਪ ਲੋਗੋਂ ਕਾ? ਪਹਿਲੀ ਤਾਰੀਖ ਕੋ ਆਪ ਲੋਗ ਹਰਿਮੰਦਰ ਸਾਹਿਬ ਵੀ ਜਾ ਰਹੇ ਹੈ? ਨਹੀਂ, ਅਸੀਂ ਜਿਹੜਾ ਫੈਸਲਾ ਕੀਤਾ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ, ਪਹਿਲਾਂ ਤਾਂ ਸਾਰੀ ਲੀਡਰਸ਼ਿਪ ਜਿਹੜੀ ਆ ਉਹ ਜਿਹੜੀਆਂ ਪਿੱਛੇ ਖਾਮੀਆਂ ਕਮੀਆਂ ਰਹੀਆਂ ਉਹਨਾਂ ਨੂੰ ਉਹਨਾਂ ਦੀ ਭੁੱਲ ਬਖਸ਼ਾਵੇ, ਤੇ ਉਹ ਤੋਂ ਬਾਅਦ ਗੁਰੂ ਅੱਗੇ ਅਰਦਾਸ ਕਰੇ ਵੀ ਅੱਗੇ ਨੂੰ ਇਹ ਗਲਤੀਆਂ ਨਾ ਹੋਣ, ਤੇ ਅੱਗੇ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਤਾਕਤਵਰ ਜਮਾਤ ਦੇ ਤੌਰ ਤੇ ਖੜਾ ਕਰਨ ਦੀ ਸਾਨੂੰ ਸ਼ਕਤੀ ਬਖਸ਼ੇ ਗੁਰੂ ਤੇ ਸਮਰੱਥਾ ਬਖਸ਼ੇ। ਪਰ ਸੁਖਬੀਰ ਬਾਦਲ ਕੇ ਅੰਡਰ ਨਹੀਂ ਹੋਗਾ, ਅਬ ਜੋ ਵੀ ਹੋਗਾ ਉਹ ਇੱਕ ਨਏ ਸਿਰੇ ਸੇ। ਇਹ ਤਾਂ ਫੈਸਲਾ ਕਰਨਗੇ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਵੀ ਕਿਹਦੀ ਅਗਵਾਈ ਹੋਣੀ ਚਾਹੀਦੀ ਆ, ਕਿਵੇਂ ਇਹ ਪਾਰਟੀ ਨੂੰ ਅੱਗੇ ਲੈ ਕੇ ਜਾਣਾ। ਪ੍ਰੋਫੈਸਰ ਸਾਹਿਬ ਜੋ ਕਿ ਹਮਸੇ ਸੀਧਾ ਬਾਤ ਕਰ ਰਹੇ ਥੇ, ਔਰ ਇੱਕ ਬਾਤ ਤੋਂ ਤੈਅ ਹੈ ਕਿ ਸੁਖਬੀਰ ਸਿੰਘ ਬਾਦਲ ਪੇ ਖਤਰੇ ਕੇ ਬਾਦਲ ਮੰਡਰਾ ਰਹੇ ਹੈ, ਕਿਤਨੇ ਦਿਨ ਤੱਕ ਵੋ ਬਨੇ ਰਹਤੇ ਹੈ, ਕਿਉਂਕਿ ਇੱਕ ਤਬਕਾ ਹੈ ਜੋ ਕਿ ਸਿਆਸੀ ਸਿੱਧਾ ਸਿੱਧਾ ਬੋਲ ਰਿਹਾ ਹੈ ਕਿ ਵੋ ਪ੍ਰੈਜ਼ੀਡੈਂਟ ਬਨੇ ਰਹੇਂਗੇ, ਔਰ ਦੂਸਰਾ ਹੈ ਜਿਨਮੇਂ ਸੇ ਕਈ ਬੜੇ ਨੇਤਾ ਹੈ ਅਬ ਸਵਾਲੀਆ ਨਿਸ਼ਾਨ ਉਨ ਪਰ ਖੜੇ ਕਰ ਰਹੇ ਹੈ। ਅਬ ਕਿਤਨੇ ਦਿਨ ਤੱਕ ਯੇ ਕਸ਼ਮਕਸ਼ ਬਨਾ ਰਹਤਾ ਯਾ ਕੋਈ ਕਲੈਰਿਟੀ ਮਿਲਤੀ ਹੈ, ਯੇ ਦੇਖਨੇ ਵਾਲੀ ਬਾਤ ਹੋਗੀ।